ਕਿਸਾਨ ਭਰਾਵੋ, ਅੱਜ ਇੱਕ ਵਾਰ ਫਿਰ ਜਿਸ ਤਰ੍ਹਾਂ ਪਹਿਲਾਂ ਕਿ ਆਪਾਂ ਸਫਲ ਕਿਸਾਨਾਂ ਦੀਆਂ ਇੰਟਰਵਿਊ ਆਪਣੇ ਚੈਨਲ 'ਤੇ ਪਾਉਂਦੇ ਰਹਿੰਦੇ ਹਾਂ, ਉਸੇ ਤਰ੍ਹਾਂ ਹੀ ਅੱਜ ਆਪਾਂ ਫਿਰ ਰਾਏ ਤਰਾਨਾ ਪਿੰਡ ਵਿੱਚ ਆਏ ਹੋਏ ਹਾਂ, ਜਿੱਥੇ ਕਿ ਮਨੀ ਕਲੇਰ ਜੀ ਨਾਲ ਆਪਾਂ ਇੰਟਰਵਿਊ ਕਰ ਰਹੇ ਹਾਂ ਸ਼ਿਮਲਾ ਮਿਰਚ ਦੀ ਖੇਤੀ ਬਾਰੇ, ਜਿਨ੍ਹਾਂ ਦੇ ਨਾਲ ਇੱਕ ਪਹਿਲਾਂ ਵੀ ਇੱਕ ਵੀਡੀਓ ਸ਼ੂਟ ਕਰਕੇ ਪਾਈ ਹੋਈ ਹੈ ਕਿ ਪਛੇਤੀ ਗੋਭੀ ਦੇ ਵਿੱਚ ਕਿਵੇਂ ਫਾਇਦਾ ਲਿਆ ਜਾ ਸਕਦਾ, ਉਹਨਾਂ ਦੇ ਫਾਰਮ ਦੇ ਉੱਤੇ ਪਸ਼ੂਆਂ ਨੂੰ ਨਹਿਲਾਉਣ ਦੇ ਲਈ ਤਲਾਅ ਬਣਾਇਆ ਹੋਇਆ ਜਿੱਥੋਂ ਕਿ ਪਸ਼ੂਆਂ ਨੂੰ ਨਵਾਇਆ ਜਾਂਦਾ, ਅਤੇ ਉਸੇ ਤਲਾਅ ਦਾ ਪਾਣੀ ਜਿਹੜਾ ਉਹ ਸਬਜ਼ੀਆਂ ਦੇ ਵਿੱਚ ਵਰਤ ਲਿਆ ਜਾਂਦਾ, ਜਿਹੜਾ ਕਿ ਫਰਟੀਲਾਈਜ਼ਰ ਦਾ ਵੀ ਕੰਮ ਕਰਦਾ, ਅਤੇ ਹੋਰ ਖਾਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਇਸ ਫਾਰਮ 'ਤੇ ਦੇਖਣ ਨੂੰ ਮਿਲਣਗੀਆਂ, ਜਿੱਥੇ ਕਿ ਪਨੀਰੀਆਂ ਵੀ ਤਿਆਰ ਕੀਤੀਆਂ ਜਾਂਦੀਆਂ, ਅਤੇ ਬਾਕੀ ਸਬਜ਼ੀਆਂ ਜਿਹੜੀਆਂ ਸੀਜ਼ਨਲ ਸਬਜ਼ੀਆਂ ਉਹਨਾਂ ਦੇ ਬੀਜ ਅਤੇ ਉਹਨਾਂ ਦੀਆਂ ਨਰਸਰੀਆਂ ਤਿਆਰ ਕਰਕੇ ਅਤੇ ਖੁਦ ਵੀ ਆਪਣੇ ਖੇਤ ਦੇ ਵਿੱਚ ਲਾਉਂਦੇ ਆ। ਕਿਸਾਨ ਭਰਾਵੋ, ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਅੱਜ ਸ਼ਿਮਲਾ ਮਿਰਚ ਦੀ ਫਸਲ ਦੇ ਬਾਰੇ ਗੱਲਬਾਤ ਕਰਾਂਗੇ, ਕਿਉਂਕਿ ਆਪਾਂ ਇਹਦੇ ਨਾਲ ਕੋਈ ਜ਼ਿਆਦਾ ਰਿਲੇਟਡ ਵੀਡੀਓ ਨਹੀਂ ਪਾਈਆਂ ਹੋਈਆਂ, ਪਰ ਜਿਹੜੇ ਕਿਸਾਨ ਇਸ ਕੰਮ ਦੇ ਆਸ਼ਿਕ ਆ, ਜਿਹੜੇ ਕਿਸਾਨ ਸਬਜ਼ੀਆਂ ਦੇ ਵਿੱਚ ਪੈਨੀਟ੍ਰੇਸ਼ਨ ਕਰਦੇ ਆ, ਸਬਜ਼ੀਆਂ ਦੇ ਵਿੱਚ ਖੋਜ ਖਪਤ ਕਰਦੇ ਆ, ਉਹਨਾਂ ਕਿਸਾਨਾਂ ਦੇ ਨਾਲ ਤੁਹਾਨੂੰ ਮਿਲਾਉਂਦੇ ਰਹਿੰਦੇ ਹਾਂ। ਪਰ ਅੱਜ ਆਪਾਂ ਆਏ ਹੋਏ ਹਾਂ ਪਿੰਡ ਰਾਏ ਤਰਾਨਾ ਦੇ ਵਿੱਚ, ਜਿੱਥੇ ਕਲੇਅਰ 77 ਫਾਰਮ 77 ਦੇ ਨਾਂ 'ਤੇ ਉਹਨਾਂ ਦਾ ਫਾਰਮ ਹੈ, ਅਤੇ ਮਨੀ ਕਲੇਅਰ ਜੀ ਆਪਣੇ ਨਾਲ ਆ, ਜਿਹੜੇ ਕਿ ਬਾਕੀ ਸਬਜ਼ੀਆਂ ਦੇ ਨਾਲ ਸ਼ਿਮਲਾ ਮਿਰਚ ਦੀ ਵੀ ਸਬਜ਼ੀ ਕਰਦੇ ਆ। ਇਹਨਾਂ ਦੀ ਤੁਸੀਂ ਇੱਕ ਪਹਿਲਾਂ ਵੀਡੀਓ ਦੇਖੀ ਹੋਵੇਗੀ, ਜਿਹੜੀ ਆਫ ਸੀਜ਼ਨ ਪਛੇਤੀ ਗੋਭੀ ਦੀ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ, ਕਿਹੜੀ ਵਰਾਇਟੀ ਕੀ ਉਹਦੇ ਵਿੱਚ ਗੱਲਾਂ ਬਾਤਾਂ ਹੋਈਆਂ, ਤੁਸੀਂ ਪਹਿਲਾਂ ਉਹਨਾਂ ਦੇ ਬਾਰੇ ਜਾਣਿਆ। ਪਰ ਅੱਜ ਆਪਾਂ ਸ਼ਿਮਲਾ ਮਿਰਚ ਦੇ ਬਾਰੇ ਗੱਲਬਾਤ ਕਰਾਂਗੇ, ਕਦੋਂ ਲੱਗਦੀ ਹੈ, ਕਿਉਂਕਿ ਆਮ ਜਿਹੜੀ ਵੱਡੇ ਸਾਈਜ਼ ਦੀ ਸ਼ਿਮਲਾ ਮਿਰਚ ਵਿਕਦੀ ਹੈ ਜਾਂ ਵੱਡੇ ਸਾਈਜ਼ ਦੀ ਸ਼ਿਮਲਾ ਮਿਰਚ ਤੁਸੀਂ ਖਰੀਦਦੇ ਹੋ, ਉਹ ਪੋਲੀ ਹਾਊਸ ਦੇ ਵਿੱਚ ਤਿਆਰ ਹੁੰਦੀ ਆ, ਕਾਫੀ ਜ਼ਿਆਦਾ ਅਰਲੀ ਜਾਂ ਲੇਟ ਉਹ ਚੱਲ ਜਾਂਦੀ ਆ। ਪਰ ਕਿਹੜੇ ਕਿਸਾਨ ਇਹਨੂੰ ਓਪਨ ਦੇ ਵਿੱਚ ਲਾਉਂਦੇ ਆ, ਉਹਨਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ, ਉਹਨਾਂ ਮੁਸ਼ਕਲਾਂ 'ਤੇ ਚਾਨਣ ਪਾਉਣ ਦੇ ਲਈ ਆਪਾਂ ਵੀਰ ਨੂੰ ਟਾਈਮ ਦੇ ਕੇ ਅੱਜ ਮਿਲੇ ਹਾਂ। ਅਤੇ ਵੀਰ, ਸਤਿ ਸ਼੍ਰੀ ਅਕਾਲ, ਤੁਸੀਂ ਸਮਾਂ ਕੱਢਿਆ ਜੀ। ਬ੍ਰਦਰ, ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਫਸਲ ਦੇ ਬਾਰੇ ਗੱਲ ਦੱਸਿਓ ਕਿ ਇਹ ਵਰਾਇਟੀ ਕਿਹੜੀ ਲੱਗੀ ਹੋਈ ਹੈ? ਸਰ, ਇਹ ਵਰਾਇਟੀ ਸਜੈਂਟਾ ਕੰਪਨੀ ਦੀ ਇੰਦਰਾ ਲੱਗੀ ਹੋਈ ਹੈ। ਇੰਦਰਾ ਵਰਾਇਟੀ, ਇਹ ਆਮ ਨੋਰਮਲ ਪੰਜਾਬ 'ਚ ਆਪਣੇ ਸਾਰੇ 'ਚ ਹੋ ਜਾਂਦੀ ਹੈ? ਹਾਂ ਜੀ, ਲਗਭਗ ਸਾਰੇ 'ਚ ਹੋ ਜਾਂਦੀ ਹੈ। ਠੀਕ ਹੈ। ਇਹਦੀ ਜਿਹੜੀ ਹੈਗੀ ਹੈ ਨਰਸਰੀ ਕਦੋਂ ਤਿਆਰ ਹੁੰਦੀ ਹੈ ਅਤੇ ਕਿੰਨੇ ਦਿਨਾਂ ਦੀ ਨਰਸਰੀ ਖੇਤ 'ਚ ਲੱਗ ਜਾਂਦੀ ਹੈ? ਸਰ, ਇੱਕ ਮੰਥ ਦੀ ਨਰਸਰੀ ਲੱਗਦੀ ਜੀ ਇਹ ਜਿਵੇਂ 25 ਨਵੰਬਰ ਦੀ ਟਰਾਂਸਪਲਾਂਟਿੰਗ ਹੈ, ਇਹ 25 ਅਕਤੂਬਰ ਨੂੰ ਨਰਸਰੀ ਸੋਇਲ ਕੀਤੀ ਸੀ ਅਸੀਂ ਨੇ। ਠੀਕ ਹੈ, ਸੋਇਲ ਕੀਤੀ ਸੀ। ਠੀਕ ਹੈ ਜੀ। 25 ਨਵੰਬਰ ਨੂੰ ਟਰਾਂਸਪਲਾਂਟਿੰਗ ਹੋ ਗਈ। ਠੀਕ ਹੈ ਜੀ। ਮਾਰਕੀਟ ਦੇ ਵਿੱਚ ਜਿਹੜੀਆਂ ਨਰਸਰੀਆਂ ਕਿਸਾਨ ਆਪ ਨਹੀਂ ਤਿਆਰ ਕਰਦੇ ਹੈਗੇ, ਉਹ ਹੋਰ ਫਾਰਮਰਾਂ ਤੋਂ ਜਾਂ ਜਿਹੜੇ ਨਰਸਰੀ ਫਾਰਮ ਹੁੰਦੇ ਆ ਉਹਨਾਂ ਤੋਂ ਤਿਆਰ ਕਰਵਾ ਕੇ ਲੈਂਦੇ ਆ, ਕੀ ਮਾਰਕੀਟ ਦੇ ਵਿੱਚ ਇਹਦਾ ਰੇਟ ਮਿਲ ਜਾਂਦਾ ਜੀ? ਮਾਰਕੀਟ ਦੇ ਵਿੱਚ ਨਰਸਰੀ ਦਾ ਬੂਟਾ ਇਹ ਇੰਦਰਾ ਵਰਾਇਟੀ ਦਾ ਇਹ ਆਮ ਤਾਂ ਯਾਨੀ ਕਿ 2 ਰੁਪਈਆਂ ਤੋਂ ਲੈ ਕੇ 3 ਰੁਪਈਆਂ ਦੇ ਵਿੱਚ ਸਾਰੇ ਨਰਸਰੀ ਸੇਲ ਕਰਦੇ ਨੇ ਜੀ, ਕਿਸੇ ਦਾ 2 ਰੁਪਏ, ਕਿਸੇ ਦਾ 2.5, ਕਿਸੇ ਦਾ 3 ਰੁਪਏ। ਠੀਕ ਹੈ। ਕਿੰਨੇ ਕੁ ਬੂਟੇ ਕ ਕਿੱਲੇ 'ਚ ਲੱਗਦੇ ਨੇ ਜੀ? 1 ਕਿੱਲੇ ਦੇ ਵਿੱਚ ਤੁਸੀਂ 12 ਤੋਂ 14 ਹਜ਼ਾਰ ਬੂਟਾ ਮੰਨ ਕੇ ਚੱਲੋ ਜੀ। ਠੀਕ ਹੈ ਜੀ। ਕਿਸਾਨ ਭਰਾਵੋ, ਜਿੱਥੇ ਬਾਕੀ ਫਸਲਾਂ ਆਪਣੀਆਂ 4-5 ਹਜ਼ਾਰ ਦੇ ਨਾਲ ਉੱਗਰੀ ਆਉਂਦੀਆਂ, ਉੱਥੇ ਇਹਦਾ ਕਈ ਹਜ਼ਾਰਾਂ ਦੇ ਵਿੱਚ ਬੂਟਾ ਲੱਗਦਾ ਇੱਕ ਖੇਤ ਦੇ ਵਿੱਚ, ਪਰ ਵੀਰ ਇਹ ਨਰਸਰੀਆਂ ਦਾ ਕੰਮ ਵੀ ਕਰਦੇ ਆ। ਚਲੋ, ਇਹਨਾਂ ਦਾ ਘਰ ਦਾ ਕੰਮ, ਜਿਹੜੇ ਵੀਰ ਬੈਨੀਫਿਟ ਲੈਂਦੇ ਆ ਉਹਨਾਂ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਐਡਰੈਸ ਅਤੇ ਲਿੰਕ ਦਿੱਤੇ ਹੋਏ ਆ, ਪਰ ਜਿਹੜੀਆਂ ਮੇਨ ਗੱਲਾਂ ਇਸ ਫਸਲ ਦੇ ਨਾਲ ਜੁੜੀਆਂ ਹੋਈਆਂ ਨੇ, ਕਿਉਂਕਿ ਮੈਂ ਵੀ ਇਸ ਫਸਲ ਦੇ ਲਈ ਇੱਕ ਨਵਾਂ ਹੀ ਪਰਸਨ ਹਾਂ, ਕਿਉਂਕਿ ਜਿਹੜੇ ਜ਼ਿਆਦਾ ਡੂੰਘੇ ਸਵਾਲ ਆ ਉਹ ਮੈਂ ਹਜੇ ਤਾਂ ਹਜੇ ਨਹੀਂ ਪੁੱਛ ਸਕਾਂਗਾ, ਪਰ ਜਿਹੜੇ ਆਮ ਸਵਾਲ ਨੇ ਉਹਨਾਂ 'ਤੇ ਆਪਾਂ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਬ੍ਰਦਰ, ਇਹ ਫਸਲ ਲੱਗ ਗਈ, ਫਸਲ ਖੜੀ ਹੋ ਗਈ, ਚੱਲ ਪਈ, ਫਰੂਟ ਕਿੰਨੇ ਟਾਈਮ ਬਾਅਦ ਆਉਂਦਾ? ਇਹ ਜਿਵੇਂ 25 ਨਵੰਬਰ ਦੀ ਟਰਾਂਸਪਲਾਂਟਿੰਗ ਹੈ ਜੀ, ਇਹ ਸਟਾਰਟਿੰਗ ਇਹਦੀ ਐਂਡ ਫਰਵਰੀ ਤੋਂ ਸਟਾਰਟ ਹੋ ਜਾਂਦਾ ਫਰੂਟਾਂ। ਠੀਕ ਹੈ ਜੀ। ਨਵੰਬਰ ਦੇ ਵਿੱਚ ਲੱਗੀ, ਫਰਵਰੀ 'ਚ ਆਈ, 2.5-3 ਮਹੀਨੇ ਲੱਗੇਗੀ ਫਸਲ, 2.5-3 ਮਹੀਨਿਆਂ ਦੇ ਵਿੱਚ ਖਰਚ? ਖਰਚ ਸਰ ਇਹਦਾ ਯਾਨੀ ਕਿ 2.5-3 ਮਹੀਨਿਆਂ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਵੀ 90,000 ਰੁਪਇਆ ਖਰਚ ਆ ਜਾਂਦਾ, ਲੇਬਰ, ਗਡਾਈਆਂ, ਪਾਣੀ, ਖਾਦਾਂ ਸਾਰਾ ਸੀ। ਇਹਨੂੰ ਕਾਹਦੀ ਸਮੱਸਿਆ ਜ਼ਿਆਦਾ ਆਉਂਦੀ ਹੈ? ਆਪਣੀਆਂ ਆਮ ਫਸਲਾਂ ਨੂੰ ਸੁੰਡੀ ਦੀ ਜਾਂ ਚੇਲੇ ਚੇਪੇ ਦੀ ਸਮੱਸਿਆ ਆਉਂਦੀ ਹੈ, ਇਹਨੂੰ ਕੀ ਸਮੱਸਿਆ ਆਉਂਦੀ ਹੈ? ਇਹਨੂੰ ਮਾਈਟੋਸਿਸ ਦੀ ਆਉਂਦੀ, ਸ਼ਿਕਾਇਤ ਇਹਦੇ ਪੱਤੇ ਨਾਲ ਜੂੰ ਦਾ ਅਟੈਕ ਹੁੰਦਾ ਜੀ। ਹਾਂ, ਉਹਦਾ ਅਟੈਕ ਹੁੰਦਾ, ਫਿਰ ਉਹ ਵਾਇਰਸ 'ਚ ਕਨਵਰਟ ਹੋ ਜਾਂਦੀ ਆ। ਠੀਕ ਹੈ। ਇਹ ਵਾਇਰਸ 'ਚ ਕਨਵਰਟ ਨਹੀਂ ਹੋਣ ਦੇਣੀ ਆਪਾਂ ਨੇ। ਠੀਕ ਹੈ। ਉਸ ਤੋਂ ਪਹਿਲਾਂ ਇਹਦਾ ਤੇਲੇ ਚੇਪੇ ਦਾ, ਮਾਈਟ ਦਾ, ਥ੍ਰਿਪ ਦਾ ਯਾਨੀ ਕਿ ਪੂਰਾ ਆਪਾਂ ਨੂੰ ਦੇਖਣਾ ਪਊਗਾ। ਠੀਕ ਹੈ ਜੀ। ਇੱਕ ਮੈਂ ਬਰਦਰ ਤੁਹਾਨੂੰ ਰੋਕਣਾ ਚਾਹਾਂਗਾ, ਕਿਉਂਕਿ ਤੁਹਾਡੀ ਫਸਲ ਓਪਨ 'ਚ ਲੱਗੀ ਹੋਈ ਹੈ, ਇਹ ਸੀਜ਼ਨਲ ਕ੍ਰੌਪ ਹੀ ਓਪਨ ਦੇ ਵਿੱਚ ਹੋ ਸਕਦੀ ਹੈ, ਪਰ ਜਿਹੜੀਆਂ ਆਪਾਂ ਨੂੰ ਮਾਰਕੀਟ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਆਪਾਂ ਨੂੰ ਸਬਜ਼ੀਆਂ ਆਫ ਸੀਜ਼ਨ ਮਿਲਦੀਆਂ, ਬੜੀਆਂ ਸੋਹਣੀਆਂ ਮਿਲ ਜਾਂਦੀਆਂ, ਚੰਗੇ ਰੇਟਾਂ 'ਤੇ ਮਿਲਦੀਆਂ, ਉਹਨਾਂ ਦੇ ਵਿੱਚ ਪੈਸਟੀਸਾਈਡ ਜ਼ਿਆਦਾ ਪੈਂਦੀ ਹੈ ਜਾਂ ਪੋਲੀਸ਼ੈਡ ਦੇ ਵਿੱਚ ਤਿਆਰ ਹੋਣ ਕਰਕੇ ਉਹਨਾਂ ਦਾ ਰੇਟ ਜ਼ਿਆਦਾ ਹੁੰਦਾ, ਕੀ ਚੱਕਰ ਕੀ ਹੈ? ਸਰ ਦੇਖੋ, ਜਿਹੜੀਆਂ ਹੁਣ ਦਿੱਲੀ ਮਿਰਚ ਕਹਿੰਦੇ ਨੇ ਜਾਂ ਆਪਣੀ ਪੋਲੀ ਹਾਊਸ ਵਾਲੀ ਮਿਰਚ ਆਉਂਦੀ ਹੈ ਜੀ, ਉਹ ਪੋਲੀ ਹਾਊਸ ਦੇ ਵਿੱਚ ਹੀ ਤਿਆਰ ਹੁੰਦੀ ਆ, ਓਪਨ ਦੇ ਵਿੱਚ ਇਹਦਾ ਅੱਡ ਮੀਟਰ ਆ, ਉਹਦੇ ਵਿੱਚ ਇਹਦਾ ਸਾਈਜ਼ ਵਧੀਆ ਹੁੰਦਾ, ਉਹਨਾਂ ਡ੍ਰਿਪ ਸਿਸਟਮ ਉਹਨਾਂ ਦਾ ਸ਼ਡਿਊਲ ਹੁੰਦੇ ਨੇ, ਟਾਈਮ ਟੂ ਟਾਈਮ ਲਈ ਖੁਰਾਕਾਂ ਦੇਣੀਆਂ, ਸਪਰੇਹਾਂ ਕਰਨੀ, ਉਹਨਾਂ ਦਾ ਪੈਸਾ ਜ਼ਿਆਦਾ ਲੱਗਿਆ ਹੁੰਦਾ, ਉਹਨਾਂ ਨੂੰ ਕੱਢਣਾ ਵੀ ਹੁੰਦਾ ਜੀ, ਸਾਡਾ ਪੈਸਾ ਇਨਵੈਸਟਮੈਂਟ ਸਾਡੀ ਘੱਟ
28 ਮਾਰਚ ਨੂੰ ਤਾਂ ਜੀ ਹੁਣ ਅਸੀਂ ਨੇ ਕੱਲ ਭੇਜੇ 27 ਮਾਰਚ ਨੂੰ ਅਸੀਂ 23 ਰੁਪਏ ਰੇਟ, ਹਾਂਜੀ 22 ਮਾਰਚ ਦਾ ਇਹਦਾ ਰੇਟ ਸੀ 28 ਰੁਪਏ ਕਿਲੋ ਜੀ। ਠੀਕ ਹੈ ਜੀ, ਹੁਣ ਅੱਗੇ ਦੇਖੋ ਜੀ ਕੀ ਸਿਸਟਮ ਬਣਦਾ ਜੀ, ਅੱਗੇ ਇਹਦਾ ਰੇਟ ਵੱਧ ਰਿਹਾ ਜਾਂ ਘੱਟ ਰਿਹਾ ਜੀ? ਅੱਗੇ ਜੀ ਹੁਣ ਦੇਖੋ ਚਾਂਸ ਤਾਂ ਘਟਣ ਦੇ ਨੇ ਜੀ, ਕਿਉਂ ਅੱਗੇ ਫਲੱਡ ਯਾਨੀ ਕਿ ਝਾੜ ਆਊਗਾ ਸਾਰਿਆਂ ਦਾ ਜੀ। ਠੀਕ ਹੈ, ਬਾਕੀ ਜੇ ਸਮਾਂ ਰਿਹਾ ਜਿਵੇਂ ਕਹਿ ਰਹੇ ਨੇ ਵੀ ਸ਼ਿਮਲਾ ਮਿਰਚ ਇਸ ਵਾਰੀ ਘੱਟ ਲੱਗੀ ਆ, ਤਾਂ ਉਹਦੇ ਕਰਕੇ ਰੇਟ ਅੱਪ ਵੀ ਜਾ ਸਕਦੇ, ਚੰਗੇ ਜਾ ਸਕਦੇ। ਹਾਂਜੀ, ਤੁਸੀਂ ਫਰਵਰੀ ਤੋਂ ਲੈ ਕੇ ਇਹਦੀ ਪ੍ਰੋਡਕਸ਼ਨ ਲੈ ਰਹੇ ਹੋ, ਹੁਣ ਤੱਕ ਕਿੰਨੀ ਪ੍ਰੋਡਕਸ਼ਨ ਆ ਚੁੱਕੀ ਹੈ ਜੀ? ਸਰ ਇਹਦੀ ਦੇਖੋ ਹੁਣ ਤਾਂ ਰਿਟਰਨ ਲਿਖਿਆ ਹੋਇਆ ਆਪਣਾ ਕਾਪੀ ਤੇ ਇਹਦੀ ਟੋਟਲ ਅਸੀਂ ਫਸਲ ਲੈ ਲੈਣੇ ਆ 200 ਕੁਇੰਟਲ ਜੀ। 200 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਪੂਰੇ ਫੁੱਲ ਸੀਜ਼ਨ ਦੀ? ਫੁੱਲ ਸੀਜ਼ਨ ਦੀ। ਨਵੰਬਰ ਦੇ ਵਿੱਚ ਇਹਦਾ ਫਰੂਟ ਆਇਆ, ਤੁਸੀਂ ਅਕਤੂਬਰ ਦੇ ਵਿੱਚ ਇਹਨੂੰ ਲਾਇਆ ਹੋਣਾ? ਨਵੰਬਰ ਦੇ ਵਿੱਚ ਟ੍ਰਾਂਸਪਲਾਂਟਿੰਗ ਹੋਈ ਜੀ, ਫਰਵਰੀ ਦੇ ਵਿੱਚ ਫਰੂਟ, ਫਰਵਰੀ ਦੇ ਵਿੱਚ ਫਰੂਟ ਇਹਦਾ ਆਇਆ। ਹਾਂਜੀ ਹਾਂ। ਤੇ ਖੇਤ ਖਾਲੀ ਕਦੋਂ ਹੋਏਗਾ? ਖੇਤ ਜੀ ਇਹਨੂੰ ਜੂਨ ਚ ਵੀ ਖਾਲੀ ਹੋ ਸਕਦਾ, ਜਿਹਨੇ ਜੀਰੀ ਜੂਰੀ ਲਾਣੀ ਹੁੰਦੀ ਹੈ ਜੀ। ਹਾਂਜੀ, ਅੱਗੇ ਜੁਲਾਈ ਤੱਕ ਵੀ ਲਿਜਾ ਸਕਦਾ, ਜਿਹੜਾ ਕੋਈ ਮੈਂਟ ਤੁਹਾਡਾ ਮੈਨੇਜਮੈਂਟ ਹੈ ਇਹਦੇ ਵਿੱਚ? ਮੈਨੇਜਮੈਂਟ ਹੈ ਜੀ। ਠੀਕ ਹੈ ਜੀ, ਇਹਦੇ ਵਿੱਚ ਤੁਸੀਂ ਮੈਂ ਦੇਖ ਰਿਹਾ ਕਿ ਤੁਸੀਂ ਵਾਟਰਮੈਲਨ ਦੀ ਇੰਟਰਕ੍ਰੋਪ ਕੀਤੀ ਹੋਈ ਜਾਂ ਕਰੇਲੇ ਦੀ ਕੀਤੀ ਹੋਈ ਹੈ, ਇਹਦਾ ਕੀ ਪਰਪਸ ਹੈ ਜੀ? ਇਹਦਾ ਤੁਹਾਡੀ ਪ੍ਰੋਡਕਸ਼ਨ ਇਹਦੀ ਵਧਣੀ ਹੈ ਜਾਂ ਉਹਦੀ ਵਧਣੀ ਹੈ? ਸਰ ਇਹ ਨਵਾਂ ਤਜਰਬਾ ਇਸ ਵਾਰੀ ਟ੍ਰਾਇਲ ਤੇ ਲਾਇਆ ਹੋਇਆ, ਇਹਦੇ ਰਿਜ਼ਲਟ ਹਲੇ ਆਣੇ ਨੇ ਜੀ। ਠੀਕ ਹੈ ਜੀ, ਪਹਿਲਾਂ ਤੁਸੀਂ ਇਹਨੂੰ ਮਤਲਬ ਦੋਨੇ ਹੀ ਰੋ ਇੱਕ ਬੈਡ ਦੇ ਉੱਤੇ ਸ਼ਿਮਲਾ ਮਿਰਚ ਲਾਉਂਦੇ ਹੋ? ਹਾਂਜੀ ਹਾਂ। ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਕਿ ਜਿਹੜੇ ਆਮ ਸਵਾਲਾਂ ਦੇ ਵਿੱਚ ਇੱਕ ਮੇਨ ਸਵਾਲ ਇਹ ਵੀ ਬਣਦਾ, ਵੈਸੇ ਤਾਂ ਸਾਰੇ ਖੇਤਾਂ ਦੇ ਲਈ ਸਾਰੇ ਕਿਸਾਨਾਂ ਦੇ ਲਈ ਏਰੀਏ ਦੇ ਹਿਸਾਬ ਦੇ ਨਾਲ ਸਵਾਲ ਦਾ ਜਵਾਬ ਬਣਦਾ ਵੀ ਖੇਤ ਤਿਆਰ ਕਰਨ ਦੇ ਵਿੱਚ ਤੁਹਾਨੂੰ ਕੀ ਕੁਝ ਇਹਦੇ ਵਿੱਚ ਐਡ ਕਰਨਾ ਪੈਂਦਾ, ਕਿਉਂਕਿ ਖੇਤੀ ਤਾਂ ਇਹ ਕੈਮੀਕਲ ਤਰੀਕੇ ਨਾਲ ਹੀ ਹੋ ਰਹੀ ਹੈ। ਸਰ ਦੇਖੋ ਇਹਦੇ ਵਿੱਚ ਪਹਿਲਾਂ ਤਾਂ ਅਸੀਂ ਰੂੜੀ ਪਾ ਦਿੰਦੇ ਹਾਂ ਜੀ। ਜੀ, ਰੂੜੀ ਪਾਉਣ ਤੋਂ ਬਾਅਦ DAP ਸੁਪਰ ਪੋਟਾਸ਼ ਤਿੰਨ ਚੀਜ਼ਾਂ ਦਾ ਮੇਨ ਹੀ ਨੇ ਜੀ ਇਹ। ਠੀਕ ਹੈ, ਇਹ ਪਾ ਕੇ ਅਸੀਂ ਉਸ ਤੋਂ ਬਾਅਦ ਯਾਨੀ ਕਿ ਰੋਟਾਵੀਟਰ 'ਚ ਲਾ ਕੇ ਬੈੱਡ ਕੱਢ ਦਿੰਦੇ ਹਾਂ। ਠੀਕ ਹੈ, ਅਤੇ ਬਾਕੀ ਫਿਰ ਪਾਣੀ ਛੱਡ ਜਾਂਦੇ, ਟ੍ਰਾਂਸਪਲਾਂਟਿੰਗ ਹੋ ਜਾਂਦੀ ਹੈ ਸਿੱਧੀ ਜੀ। ਠੀਕ ਹੈ ਜੀ, ਟ੍ਰਾਂਸਪਲਾਂਟਿੰਗ ਇਹਦੀ ਸੁੱਕੇ 'ਚ ਹੁੰਦੀ ਹੈ ਜਾਂ ਗਾਰੇ ਦੇ ਵਿੱਚ ਹੁੰਦੀ ਹੈ? ਨਹੀਂ, ਅਸੀਂ ਗਾਰੇ 'ਚ ਹੀ ਕਰਦੇ ਹਾਂ ਜੀ। ਠੀਕ ਹੈ ਜੀ, ਅਸੀਂ ਸੀਟ ਪਹਿਲਾਂ ਵਿਛਾਈ ਹੁੰਦੀ ਹੈ, ਪਾਣੀ ਲੱਗਣ ਤੋਂ ਬਾਅਦ ਤੁਸੀਂ ਉਹਨੂੰ ਟ੍ਰਾਂਸਪਲਾਂਟਿੰਗ ਕਰਦੇ ਹਾਂ ਜੀ। ਠੀਕ, ਮੈਂ ਇੱਕ ਫੱਟ ਗੱਲ ਕਰਾਂ ਇਹਦੀ, ਵੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕਣਕ ਝੋਨਾ ਇਹਨੇ ਦਾ ਹੋ ਜਾਂਦਾ ਜੀ, ਇਹ ਸ਼ਿਮਲਾ ਮਿਰਚ ਕਿੱਥੋਂ ਕਿਤੇ ਕਮਾਰ ਕਰਦੀ ਹੈ ਘੱਟ ਵੱਧ ਕਰਕੇ, ਘੱਟੋ ਘੱਟ ਕਿੰਨਾ ਤੇ ਵੱਧੋ ਵੱਧ ਕਿੰਨਾ? ਸਰ ਇਹ ਦੇਖੋ ਜੇ 200 ਕੁਇੰਟਲ ਹੋ ਜਾਂਦੀ ਹੈ ਜੀ, ਤੁਸੀਂ ਐਵਰੇਜ ਰੇਟ ਉਹ ਤਾਂ ਰੇਟ ਤੇ ਹੈ ਜੀ, ਹੁਣ ਜੇ 10 ਰੁਪਏ ਰੇਟ ਲੱਗਿਆ ਜੀ ਮੰਡੀ ਦੇ ਤਾਂ 2 ਲੱਖ ਦੀ ਹੋ ਗਈ ਜੀ। ਜੀ, ਆਪਣਾ ਜੇ ਆਪਣਾ ਰੇਟ ਹੋਰ ਵੱਧ ਗਿਆ ਜੀ, ਆਪਣਾ 15 ਰੁਪਏ ਰੇਟ ਹੋ ਗਿਆ ਤਾਂ ਤੁਹਾਡੀ ਇਹ 3 ਲੱਖ ਰੁਪਏ ਤੱਕ ਵੀ ਹੋ ਜੂਗੀ ਜੀ। ਠੀਕ ਹੈ ਜੀ, ਤੇ ਖਰਚਾ ਖਰਚਾ ਕਿੰਨਾ ਕੁ ਜਾਂਦਾ ਜੀ ਇਹਦਾ, ਕਿਉਂਕਿ ਲੇਬਰ ਬੜਾ ਵੱਡਾ ਖਰਚਾ, ਇਹਦੇ 'ਤੇ ਤੜਾਈ ਪੈਂਦੀ ਹੈ, ਉਹਨੂੰ ਪੈਕਿੰਗ ਕਰਨਾ, ਪਹਿਲਾਂ ਉਹਦੇ 'ਤੇ ਫੈਸੀਸਾਈਡ ਜਾਂ ਮੈਨ ਕ੍ਰੋਪ ਮੈਨੇਜਮੈਂਟ ਦਾ ਖਰਚਾ ਹੋਇਆ ਹੁੰਦਾ ਜੀ? ਸਰ ਦੇਖੋ ਖਰਚਾ ਤਾਂ ਇਹਦਾ ਜੀ 1.5 ਲੱਖ ਦਾ ਪੱਕਾ ਹੀ ਆਉਂਦਾ ਜੀ। 1.5 ਲੱਖ ਰੁਪਏ ਤਾਂ ਤੁਹਾਡਾ ਪੱਕਾ ਲੱਗਣਾ ਹੀ ਲੱਗਣਾ। ਹਾਂਜੀ ਹਾਂ, ਕਿਉਂ ਜ਼ਿੰਮੀਦਾਰ ਹੋਰ ਆਪਦੀ ਮਿਹਨਤ ਹੀ ਲਾਉਂਦੇ, ਟੈਂਪੂ ਦਾ ਕਿਰਾਇਆ ਨਹੀਂ ਲਾਉਂਦੇ, ਕਈ ਵਾਰੀ ਆਪਣਾ ਲਿਫਾਫਿਆਂ ਤੱਕ ਸਾਡਾ ਟੋਟਲੀ ਰਿਟਰਨ ਹੁੰਦਾ। ਠੀਕ ਹੈ ਜੀ, ਲਿਫਾਫਿਆਂ ਤੋਂ ਲੈ ਕੇ ਲੇਬਰ ਤੋਂ ਲੈ ਕੇ ਕਿਰਾਏ ਤੋਂ ਲੈ ਕੇ ਹੋਰ ਸਾਰਾ ਟੋਟਲੀ ਜਿਹੜੀ ਪੈਸਟੀਸਾਈਡ ਦਾ ਖਾਦਾਂ ਦਾ ਜੀ ਇਹ ਸਾਰਾ ਟੋਟਲੀ ਖਰਚਾ 1.5 ਲੱਖ ਰੁਪਏ ਖਰਚ ਟੋਟਲ ਆ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਸਾਨੂੰ ਰੇਟ ਦੇ ਹਿਸਾਬ ਨਾਲ 1.5 ਲੱਖ ਰੁਪਏ ਛੱਡੇ, ਇਹ 1 ਲੱਖ ਰੁਪਏ ਛੱਡੇ, 70,000 ਰੁਪਏ ਛੱਡੇ, ਕਣਕ ਨਾਲ ਫਿਰ ਵੀ ਮਰਦੀ ਨਹੀਂ। ਮਤਲਬ ਸੀਜ਼ਨਲ ਕ੍ਰੋਪ ਆ। ਹਾਂਜੀ, ਇਸ ਕੰਮ ਲਈ ਲੇਬਰ ਚਾਹੀਦੀ ਆ, ਪੈਸੇ ਦਾ ਬਜਟ ਚਾਹੀਦਾ ਤੇ ਰਿਸਕ ਵੀ ਹੰਡਾਉਣੀ ਪੈਂਦੀ ਹੈ। ਹਾਂਜੀ, ਠੀਕ ਹੈ, ਤੁਸੀਂ ਇਹ ਫਸਲ ਤੁਸੀਂ ਮੰਡੀ ਦਿੰਦੇ ਹੋ ਜਾਂ ਤੁਸੀਂ ਰਿਟੇਲ ਸੇਲ ਕਰਦੇ ਹੋ? ਮੈਂ ਇਹ ਵੀ ਸੁਣਿਆ ਕਿਉਂਕਿ ਜਿਹੜੇ ਕਿਸਾਨ ਛੋਟੀ ਖੇਤੀ ਕਰਦੇ ਆ ਜਾਂ ਜ਼ਿਆਦਾ ਫਸਲਾਂ ਲਾ ਕੇ ਖੇਤੀ ਕਰਦੇ ਆ, ਉਹਨਾਂ ਨੂੰ ਰਿਟੇਲ ਦੇ ਵਿੱਚ ਚੰਗੇ ਪੈਸੇ ਬਣਦੇ ਆ। ਹਾਂਜੀ ਹਾਂ, ਉਹਨਾਂ ਲਵੇ ਛੋਟਾ ਰਕਬਾ ਹੁੰਦਾ, ਛੋਟੀ ਮੰਡੀ ਹੁੰਦੀ ਆ ਤੇ ਆਪਣਾ ਵੀ ਵੇਚ ਸਕਦੇ। ਜਿਵੇਂ ਹੁਣ ਮੈਂ ਆਊਟਲੈਟ ਬਣਾਇਆ ਹੋਇਆ ਜੀ, ਜੀ ਪੂਰੇ ਜੀ ਸਾਡੀ ਉੱਥੇ 30 ਰੁਪਏ ਮਿਰਚ ਵਿਕ ਰਹੀ ਹੈ, ਮੰਡੀ ਦੇ ਵਿੱਚ ਅਸੀਂ 40 ਰੁਪਏ ਉਹਦੇ ਸੇਲ ਕਰ ਰਹੇ ਹਾਂ ਜੀ। ਕੱਦੂ ਜੇ ਮੰਡੀ ਦੇ ਵਿੱਚ 20 ਰੁਪਏ ਵਿਕ ਰਹੇ ਤਾਂ ਅਸੀਂ ਉਹਦੇ 30 ਰੁਪਏ ਸੇਲ ਕਰ ਰਹੇ ਹਾਂ ਜੀ। ਕੁਛ ਕੁ ਸਾਡੀ ਇੱਥੇ ਆਊਟਲੈਟ ਤੇ ਵਿਕ ਜਾਂਦੀ ਜੀ, ਬਾਕੀ ਤਾਂ ਸਾਨੂੰ ਮੰਡੀ ਕਰਨਾ ਹੀ ਪੈਂਦਾ। ਮਤਲਬ ਜਦੋਂ ਬਲਕ ਦੇ ਵਿੱਚ ਤੁਹਾਡੀ ਪ੍ਰੋਡਿਊਸ ਆਉਂਦੀ ਤੁਸੀਂ ਉਹਦਾ ਮੰਡੀ ਕਰਨਾ ਹੀ ਕਰਨਾ, ਕਰਨਾ ਹੀ ਪੈਣਾ ਜੀ। ਠੀਕ ਹੈ ਕਿਸਾਨ ਭਰਾਵੋ, ਇਹ ਮੰਡੀ ਕਰਨ ਦੇ ਨਾਲ ਜੁੜੀਆਂ ਹੋਈਆਂ ਫਸਲਾਂ ਜਿੰਨੀਆਂ ਵੀ ਹੈਗੀਆਂ ਉਹਨਾਂ ਦਾ ਕੋਈ ਪੱਕਾ ਰੇਟ ਨਹੀਂ ਹੈਗਾ ਤੇ ਹਰ ਇੱਕ ਮੰਡੀ ਦਾ ਰੇਟ ਵੀ ਸੇਮ ਨਹੀਂ ਹੈਗਾ। ਤੁਸੀਂ ਆਪਣੇ ਏਰੀਏ ਨੂੰ ਜੱਜ ਕਰਕੇ ਆਪਣੇ ਏਰੀਏ ਦੇ ਪ੍ਰੋਗਰੈਸਿਵ ਫਾਰਮਰ ਨੂੰ ਮਿਲ ਕੇ ਕ੍ਰੋਪ ਪ੍ਰੈਕਟਿਸਾਂ ਬਾਰੇ ਜ਼ਿਆਦਾ ਜਾਣ ਸਕਦੇ ਹੋ ਤੇ ਜਿਹੜੇ ਵੀਰ ਅਜਿਹਾ ਕੋਈ ਉੱਦਮ ਕਰ ਰਿਹਾ, ਜਿਹੜੇ ਫਾਰਮਰ ਨੂੰ ਕੋਈ ਸਰਵਿਸ ਦੇ ਰਹੀ ਹੈ ਤੇ ਉਹਨਾਂ ਵੀਰਾਂ ਨਾਲ ਜੁੜ ਕੇ ਤੁਸੀਂ ਫਾਇਦਾ ਵੀ ਲੈ ਸਕਦੇ ਹੋ। ਵੀਰ, ਤੁਸੀਂ ਸਮਾਂ ਕੱਢਿਆ ਤੇ ਸ਼ਿਮਲਾ ਮਿਰਚ ਬਾਰੇ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।